ਚਲੋ ਬੰਦਾ ਛੱਡੋ, ਕਈ ਆਪੇ ਇੱਟਾਂ ਲਾ ਕੇ ਇੱਟਾਂ ਕੋਲੋਂ ਮੰਗੀ ਜਾਂਦੇ ਇੱਦਾਂ। ਚਲੋ ਉਹ ਤਾਂ ਚਲੋ ਬੰਦਾ ਨਾ, ਕੋਈ ਤਾਂ ਫਿਰ ਵੀ ਮੂੰਹੋਂ ਕੁਝ ਨਾ ਕੁਝ ਬੋਲ ਪਊਗਾ। ਕਈ ਆਪੇ ਇੱਟਾਂ ਲਾਉਂਦੇ ਆ। ਅੱਛਾ ਵੇਖੋ, ਜਿਹੜੇ ਮਿਸਤਰੀ ਨੇ ਉਹ ਜਗ੍ਹਾ ਬਣਾਈ ਹੁੰਦੀ ਨਾ, ਉਹਦੀ ਕੋਈ ਸ਼ਰਧਾ ਨਹੀਂ ਹੁੰਦੀ। ਉਹਨੇ ਕਿੰਨੀ ਵਾਰੀ ਇੱਟ ਭੰਨਦਾ ਵਾ, ਕਿੰਨੀ ਵਾਰੀ ਤੋੜਦਾ ਵਾ, ਕਿੰਨੀ ਵਾਰੀ ਅੱਧੀ ਲਾਉਂਦਾ ਵਾ, ਵਿੱਚੋਂ ਉਹਦੀ ਨੁੱਕਰ ਵੀ ਭੰਨਦਾ ਵਾ। ਜੇ ਫਕਰ ਜੇ ਕੋਈ ਜਾਨ ਹੋਵੇ ਉਹਦੀ, ਤੇਸੀ ਨਾ ਟੇਢੀ ਕਰਦੇ ਨਾਲ ਹੀ, ਉਹਨੂੰ ਉੱਥੇ ਨਾ ਲਗਵਾ ਮਾਰ ਜੇ ਮਿਸਤਰੀ ਨੂੰ। ਕਈ ਮਿਸਤਰੀਆਂ ਨੇ, ਕਾਰੀਗਰਾਂ ਨੇ ਜ਼ਿੰਦਗੀ 'ਚ ਕਈ ਮੱਠੀਆਂ ਬਣਾਈਆਂ। ਉਹ ਤਾਂ ਤੂੰ ਮੰਨਦਾ, ਕਹਿੰਦਾ ਆਪਾਂ ਤਾਂ ਭਾਈ ਕੰਮ ਕਰਦੇ, ਮੇਰੇ ਵੱਲੋਂ ਭਾਵੇਂ ਖੁਰਲੀ ਬਣਾ ਲਓ ਅਤੇ ਭਾਵੇਂ ਜਗ੍ਹਾ ਬਣਾ ਲਓ, ਮੇਰੇ ਵਾਸਤੇ ਜਿੱਦਾਂ ਦੀ ਖੁਰਲੀ ਉੱਦਾਂ ਦੀ। ਅਤੇ ਜਿਹਨਾਂ ਬਣਵਾਈ ਹੁੰਦੀ, ਜਿਹਨਾਂ ਨੇ ਟਰਾਲੀ ਭਰ ਕੇ ਇੱਟਾਂ ਦੀ ਲਿਆਉਂਦੀ ਨਾ, ਉਹ ਲੰਮੇ ਪੈ ਪੈ ਕੇ ਲੰਮੇ ਪੈ ਪੈ ਕੇ ਅਰਦਾਸਾਂ ਕਰਦੇ ਵੀ ਹਾਏ ਬਾਬਾ ਬੜਾ ਜ਼ਿਆਦਾ। ਅਤੇ ਇਹ ਸਮਝ ਹੀ ਨਹੀਂ ਆਉਂਦੀ ਸਾਨੂੰ ਵੀ ਉਹਦੇ ਨਾਲ ਦੀਆਂ ਇੱਟਾਂ ਇੱਕੇ ਭੱਠੇ 'ਚੋਂ ਆਈਆਂ ਵਾ, ਉਸ ਇੱਕੇ ਭੱਠੇ 'ਚੋਂ ਇੱਟਾਂ ਆਈਆਂ ਵਾ। ਇੱਕ ਟਰਾਲੀ ਲੱਦ ਕੇ ਕਬਰ ਨੂੰ ਲਾਤੀ ਆ, ਅਤੇ ਇੱਕ ਅਗਲਿਆਂ ਲਿਆ ਕੇ ਅਤੇ ਮੱਝਾਂ ਦੇ ਥੱਲੇ ਲਾਤੀ ਆ। ਉਹ ਜਿਹੜੀਆਂ ਮੱਝਾਂ ਥੱਲੇ, ਉਹਨਾਂ ਨੂੰ ਸੁਰਤ ਹੀ ਨਹੀਂ ਆਉਂਦੀ। ਇੱਕ ਮੱਝ ਗੋਹਾ ਕਰਦੀ, ਅਗਲਾ ਪਿਛਾਂ ਕਰਦਾ, ਦੂਜੀ ਫੇਰ ਧੱਦ ਕਰ ਦਿੰਦੀ ਆ। ਉਹ ਤਾਂ ਜੇ ਇੱਟਾਂ ਬੋਲਦੀਆਂ ਹਨ ਤਾਂ ਉਹ ਤਾਂ ਵੀ ਕਹਿਣਾ ਵੀ ਤੁਸੀਂ ਤਾਂ ਭੈਣੋ ਚੰਗੀਆਂ, ਜੇ ਤੁਹਾਡੇ ਦੇ ਰੋਜ਼ ਹੀ ਲੱਡੂ ਚੜ੍ਹਦੇ ਆ, ਤੇਲ ਦੇ ਦੀਵੇ ਜਗਦੇ ਆ, ਸਾਨੂੰ ਤਾਂ ਸੁਰਤ ਹੀ ਨਹੀਂ ਆਉਣ ਦਿੰਦੀਆਂ ਮੱਝਾਂ ਇੱਥੇ। ਸਮਝ ਆਈ ਪਿਆਰਿਓ? ਜੇ ਸੱਚੀ ਬੋਲਦੀਆਂ ਹੋਣ ਨਾ, ਉਹ ਤੁਹਾਡੇ 'ਤੇ ਕੇਸ ਕਰ ਦੇਣ, ਮੁਕੱਦਮਾ ਕਰ ਦੇਣ ਤੁਹਾਡੇ 'ਤੇ। ਆਪੇ ਜਗ੍ਹਾ ਬਣਾਈਆਂ ਨੇ, ਆਪੇ ਉੱਤੇ ਦੀਵੇ ਜਗਾਈ ਜਾਂਦੇ ਆ, ਆਪੇ ਅਰਦਾਸਾਂ ਕਰੀ ਜਾਂਦੇ ਹਾਂ, ਆਪੇ ਉੱਤੇ ਤੁਰੇ ਜਾਣਗੇ ਫਿਰ ਰਿਸ਼ਤੇਦਾਰ। ਬੜੀ ਬਿਵਤਾ ਤਗੜੀ ਆ ਜਿਹੜੇ ਮੰਨਦੇ ਆ। ਉਹ ਵੀਰਵਾਰ ਵੰਡੇ ਥੋੜ੍ਹਾ ਜਾ ਸਕਦੇ ਕਿਤੇ, ਮਜਾਲ ਕੀ ਆ ਉਹ ਕਿਤੇ ਵੀਰਵਾਰ ਕਿਤੇ ਵਿਆਹ ਚੱਲ ਜਾਣ। ਸ਼ਾਮਾਂ ਨੂੰ ਆਉਣਾ ਪੈਣਾ ਫਕਰ ਦਾ। ਕਈ ਤਾਂ ਬਾਹਰਲੇ ਦੇਸ਼ ਵੀ ਲੈ ਗਏ ਦੀਵਾ, ਦੀਵਾ ਦਾ ਭਾਵ ਕਿ ਉੱਥੇ ਉਹ ਦੂਜੀ ਜਗਾਈ ਜਾਂਦੇ ਲੈਟ ਬਾਬੇ ਦਾ ਨਾਂ ਲੈ ਕੇ, ਉਹਦੇ ਇੱਥੋਂ ਮੂੰਹ ਕਰਕੇ ਜਗਾਉਣੀ। ਅਸੀਂ ਵਿਦੇਸ਼ਾਂ 'ਚ ਵੀ ਕਈ ਨਹੀਂ ਚੱਲਦੇ, ਉਹ ਜਹਾਜ਼ਾਂ 'ਤੇ ਚੜ੍ਹਾ ਚੜ੍ਹਾ ਕੇ ਫਕਰਾਂ ਨੂੰ ਲੈ ਗਏ। ਕਈ ਦੇਹਧਾਰੀ ਬਾਬਿਆਂ ਦੀਆਂ ਫੋਟੋਆਂ ਘਰਾਂ 'ਚ ਰੱਖ ਕੇ ਉਹਦੇ ਅੱਗੇ ਲਾਉਂਦੇ ਆ, ਜੋਤਾਂ ਜਗਾਉਂਦੇ ਆ। ਲੱਕੜ ਦੇ ਘਰ ਆ, ਉੱਥੇ ਦੀਵਾ ਜਗਾ ਨਹੀਂ ਸਕਦੇ, ਫਿਰ ਉਹ ਭੁੱਸ ਜਿਹਾ ਤਾਂ ਪੂਰਾ ਕਰਦੇ ਹੀ ਆ ਨਾ ਆਪਣਾ। ਉਹ ਬਿਜਲੀ ਵਾਲਾ ਦੀਵਾ ਜਗਾ ਲੈਂਦੇ, ਅੱਗੇ ਜਗੀ ਜਾਂਦਾ ਬਿਜਲੀ ਵਾਲਾ ਦੀਵਾ। ਨਿਆਣੇ ਬਥੇਰਾ ਸਮਝਾਉਂਦੇ ਵੀ ਇਹ ਕੰਮ ਨਾ ਕਰੋ, ਪਰ ਟਲਦੇ ਥੋੜ੍ਹਾ। ਸਾਡੇ ਪੀੜ੍ਹੀ ਜਦੋਂ ਤੱਕ ਮਰਦੀ ਨਹੀਂ ਨਾ, ਗੱਲ ਬਣਨੀ ਨਹੀਂ। ਗੁੱਸਾ ਨਾ ਮਨਾ ਰਿਹਾ, ਮਾਫ਼ੀ ਮੰਗ ਲਾ ਪਹਿਲਾਂ, ਉਹ 'ਚ ਸਾਰੇ ਹੀ ਆ। ਇਹ ਜਦੋਂ ਇੱਕ ਪੀੜ੍ਹੀ ਖਤਮ ਹੋਏਗੀ ਨਾ, ਅਗਲੀ ਪੀੜ੍ਹੀ ਨੂੰ ਫੇਰ ਸਮਝਾਉਣੀ ਆ ਵੀ ਯਾਰ ਅਸੀਂ ਕਿਹੜੇ ਬੰਨੇ ਮੱਠੀਆਂ ਕਬਰਾਂ। ਪਹਿਲਾਂ ਸਾਰੇ ਪੇਪਰ ਵਰਕ ਤਿਆਰ ਕਰਦੇ ਆ, ਵੀਜ਼ਾ ਲੱਗਦਾ ਬੜੀ ਮਿਹਨਤ ਨਾਲ, ਅਤੇ ਨਾ ਪਤਾ ਕਿਤੇ ਜਿਵੇਂ ਇਹ ਫਕਰ ਦੀ ਕਿਰਪਾ ਨਾਲ ਵੀਜ਼ਾ ਲੱਗਾ। ਫਕਰ ਦੇ ਵਿਚਾਰਾ ਦੀਵਾ ਵੀ ਤੁਹਾਡਾ ਡੀਕਦਾ ਰਹਿੰਦਾ ਵੀ ਕਦੋਂ ਜਗਾਓਗੇ ਤਾਂ ਗੱਲ ਬਣੂਗੀ ਤੁਹਾਡੀ। ਕਈ ਦੇਹਧਾਰੀ ਬਾਬਿਆਂ ਕੋਲ ਲਈ ਫਿਰਦੇ, ਬਾਬਾ ਜੀ 5-7 ਵਾਰੀ ਰਿਫਿਊਜ਼ ਲਾ ਗਈ, ਹੱਥ ਹੀ ਰੱਖ ਦਿਓ। ਉਹ ਲਾ ਕੇ ਉਹ ਜਵਾਕ ਪਾਸੋਂ ਚੇਲੇ ਆਉਂਦੇ ਆ, ਬਾਬਾ ਤਾਂ ਆਪ ਗਾੜੀ ਏਜੰਟ ਲੱਭਦਾ ਫਿਰਦਾ, ਇਹਦਾ ਤਾਂ ਵੀਜ਼ਾ ਨਹੀਂ ਲੱਗਣ ਡਿਆ ਬੜੇ ਚਿਰ ਦਾ। ਸਾਡੇ ਲੋਕਾਂ ਨੂੰ ਕਦੋਂ ਸਮਝ ਆਊਗੀ? ਕਿੰਨੇ ਭੋਲੇ ਲੋਕ, ਪਤਾ ਨਹੀਂ ਸਮਝ ਆਉਂਦੀ, ਜਾਂ ਭੋਲੇ ਆ ਜਾਂ ਸਮਝ ਨਹੀਂ ਆ ਰਹੀ ਵੀ ਅਸੀਂ ਪਿੱਛੇ ਲੱਗ ਕੇ ਇਹਨਾਂ ਦੇ ਤੁਰੇ ਫਿਰਦੇ ਹਾਂ। ਭਗਤ ਨਾਮਦੇਵ ਜੀ ਦੀ ਬਾਣੀ ਪੜ੍ਹ ਕੇ ਵੇਖੋ, ਇੱਕ ਪਾਥਰ ਕੀਜੇ ਭਾਓ ਅਤੇ ਦੂਜੇ ਪਾਥਰ ਧਰੀਏ ਪਾਓ। ਭਾਓ ਅਤੇ ਪਾਓ ਦੋ ਸ਼ਬਦ ਵਰਤੇ ਆ, ਭੱਬੇ ਨਾਲ ਅਤੇ ਪੱਪੇ ਨਾਲ। ਭਾਓ ਦਾ ਅਰਥ ਪਿਆਰ ਹੈ ਅਤੇ ਪਾਓ ਦਾ ਅਰਥ ਪਿਆਰ ਆ। ਕਹਿੰਦੇ ਯਾਰ ਕਿੱਦਾਂ ਦੀ ਤੁਹਾਡੀ ਬੇਇਨਸਾਫ਼ੀ ਹੈ, ਇੱਕ ਪੱਥਰ 'ਤੇ ਪੈਰ ਰੱਖਦੇ ਹੋ, ਜਿਹੜਾ ਤੁਸੀਂ ਘਰਾਂ 'ਚ ਲਾਇਆ ਉਹਨੂੰ ਕੀ ਆਉਂਦੇ ਹੋ ਭਲਾ? ਪੱਥਰ ਬੜਾ ਕਮਾਲ ਦਾ ਲਾਇਆ ਯਾਰ, ਬੋਲੋ ਜੀ ਕੀ ਆਉਂਦੇ ਹੋ ਜੀ? ਪੱਥਰ ਬੜਾ। ਅਤੇ ਕਹਿੰਦੇ ਇੱਕ ਪੱਥਰ ਦੇ ਗਾੜੀ ਤੁਸੀਂ ਮੱਥੇ ਟੇਕਦੇ ਹੋ, ਨਮਸਕਾਰਾਂ ਕਰਦੇ ਹੋ। ਇੱਕ ਪਾਥਰ ਕੀਜੇ ਭਾਓ, ਦੂਜੇ ਪਾਥਰ ਧਰੀਏ ਪਾਓ। ਜੇ ਇਹ ਦੇਵਾ ਤਾਂ ਉਹ ਵੀ ਦੇਵਾ, ਜੇ ਇਹ ਰੱਬ ਆ ਤਾਂ ਫਿਰ ਉਹ ਵੀ ਰੱਬ ਆ, ਦੋਵੇਂ ਬਰਾਬਰ ਹੋਣੇ ਚਾਹੀਦੇ ਆ ਨਾ। ਪਰ ਨਹੀਂ ਹੈਗਾ ਇੱਦਾਂ, ਇਹ ਰੱਬ ਨਹੀਂ ਹੈਗਾ, ਤੁਸੀਂ ਕਿੱਦਾਂ ਮੰਨੋਗੇ? ਪਰ ਸਾਡਾ ਸਮਾਜ ਅਜੇ ਤੱਕ ਮੰਨੀ ਜਾਂਦਾ, ਹਨੇਰਾ ਢੋ ਰਿਹਾ ਸੀ। ਅਸੀਂ ਉੱਦਾਂ ਹੀ ਪਖੰਡ, ਉੱਦਾਂ ਹੀ ਕਰਮ ਕਾਂਡ, ਉੱਦਾਂ ਹੀ ਸਭ ਕੁਝ ਨਾਲ ਚੱਕੀ ਆਉਂਦੇ।
ਸਤਿਗੁਰ ਦੀ ਬਾਣੀ ਇਸ ਪਖੰਡ ਵਿੱਚੋਂ ਸਾਨੂੰ ਬਾਹਰ ਕੱਢਦੀ ਹੈ ਵੀ ਭਾਈ ਨਿਕਲੋ ਪਾਰ, ਦੁਬਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ। ਮੜੈ ਮੈਂ ਕਦੀ ਕਦੀ ਸੋਚਦਾ ਜਿਹੜੇ ਆ ਪਾਠੀ ਸਿੰਘ ਜਾ ਕੇ ਮੱਠੀਆਂ 'ਤੇ ਪਾਠ ਕਰਦੇ ਆ, ਕੀ ਉਹਨਾਂ ਨੇ ਕਦੀ ਗੁਰੂ ਗ੍ਰੰਥ ਸਾਹਿਬ 'ਚੋਂ ਆਹ ਸ਼ਬਦ ਨਹੀਂ ਪੜ੍ਹੇ? ਕਿਉਂ ਰੋਕਣ ਜਾਣਾ ਪਵੇ ਜੀ ਬਾਹਰੋਂ ਕਿਸੇ ਨੂੰ ਆਣ ਕੇ? ਤੁਸੀਂ ਆਪ ਹੀ ਕਹਿ ਦਿਓ ਭਾਈ ਗੁਰਬਾਣੀ ਇਜਾਜ਼ਤ ਨਹੀਂ ਦਿੰਦੀ, ਗੁਰਬਾਣੀ ਕਿਸੇ ਮੱਠੀ 'ਤੇ ਪ੍ਰਕਾਸ਼ ਕਰਨ ਦੀ ਇਜਾਜ਼ਤ, ਬੋਲੋ ਜੀ, ਆਪੇ ਕਹਿ ਦਿਓ, ਲੜਾਈ ਪਵੇ ਹੀ ਨਾ, ਬਖੇੜੇ ਖੜ੍ਹੇ ਹੋਣ ਹੀ ਨਾ। ਪਰ ਸਾਡਾ ਸਮਾਜ ਉਸੇ ਕਰਮ ਕਾਂਡ ਵਿੱਚ ਉਸੇ ਵਹਿਣ 'ਚ ਵਹਿੰਦਾ ਜਾ ਰਿਹਾ। ਤੋ ਕਿੰਨੇ ਪਿਆਰੇ ਸ਼ਬਦ ਸਤਿਗੁਰ ਨੇ ਬਾਣੀ ਵਿੱਚ ਵਰਤੇ ਹੋਏ ਨੇ ਇਹਨਾਂ ਵਹਿਮਾਂ 'ਚੋਂ, ਭਰਮਾਂ 'ਚੋਂ, ਪਖੰਡਾਂ 'ਚੋਂ ਕੱਢਣ ਵਾਸਤੇ, ਕਿ ਜ਼ਿੰਦਗੀ ਨੂੰ ਕਿੱਦਾਂ ਸਮੂਥ ਲੈ ਕੇ ਤੁਰਨਾ, ਕਿੱਦਾਂ ਤੁਸੀਂ ਇਸ ਦਲਦਲ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢ ਕੇ ਜ਼ਿੰਦਗੀ ਨੂੰ ਖੂਬਸੂਰਤ ਬਣਾਉਣਾ। ਕਿਉਂਕਿ ਕੁਦਰਤੀ ਗੱਲ ਹੈ, ਜਿਹਨੂੰ ਪੂਜੋਗੇ ਉਹਦੇ ਵਰਗੇ ਬਣੋਗੇ, ਜੈਸੋ ਸੇਵਾ ਤੈਸੋ ਹੋਵੇ, ਜਿੱਦਾਂ ਨੂੰ ਸੇਵੋਗੇ ਉੱਦਾਂ ਦੀ ਤੁਹਾਡੀ ਸੁਰਤ ਬਣ ਜਾਣੀ ਹੈ। ਬੁੱਤ ਪੂਜ ਪੂਜ ਹਿੰਦੂ ਮੂਏ, ਤੁਰਕ ਮੂਏ ਸਰਨਾਈ, ਓਏ ਲੈ ਜਾ ਰਹੇ ਓਏ ਲੈ ਗਾਡੇ ਤੇਰੀ ਗੱਤ। ਇਹ ਸ਼ਬਦ ਕਿਉਂ ਵਰਤੇ ਸੀ ਉਹਨਾਂ ਨੇ? ਕਿ ਜਦੋਂ ਤੁਸੀਂ ਜਿਹਨੂੰ ਪੂਜੋਗੇ ਉਹਦੇ ਵਰਗੇ ਹੋ ਜਾਓਗੇ, ਇਸ ਕਰਕੇ ਸਾਨੂੰ ਸ਼ਬਦ ਨਾਲ ਜੋੜਿਆ। ਗੁਰਮੂਰਤ ਗੁਰ ਸ਼ਬਦ ਹੈ, ਗੁਰੂ ਦੀ ਮੂਰਤ ਸਾਡੇ ਵਾਸਤੇ ਗੁਰੂ ਦਾ ਸ਼ਬਦ। ਅਸੀਂ ਬੁੱਤ ਪੂਜਕ ਨਹੀਂ ਹਾਂ, ਪਰ ਅੱਜ ਬੁੱਤ ਪੂਜਕ ਬਣਾ ਦਿੱਤਾ ਗਿਆ ਸਾਨੂੰ, ਤਰ੍ਹਾਂ ਤਰ੍ਹਾਂ ਦੇ ਬੁੱਤ ਬਣਾ ਕੇ ਅੱਜ ਸਾਡਾ ਸਮਾਜ ਉਹਦੀ ਪੂਜਾ ਕਰਦਾ ਪਿਆ। ਤੋ ਇਸ ਕਰਕੇ ਆਪਣੇ ਘਰਾਂ 'ਚ ਸਤਿਗੁਰ ਦੀ ਬਾਣੀ ਪੜ੍ਹੋ, ਸਤਿਗੁਰ ਦੀ ਬਾਣੀ ਨੂੰ ਵਿਚਾਰੋ, ਉਹਦੇ ਉਪਦੇਸ਼ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੋ, ਤਾਂ ਕਿ ਸਾਡੀ ਜ਼ਿੰਦਗੀ ਵਧੀਆ ਬਣੇ। ਕਿਉਂਕਿ ਇਹ ਕੰਮ ਥੋੜ੍ਹਾ ਜਿਹਾ ਸਾਨੂੰ ਔਖਾ ਲੱਗਦਾ, ਬਾਣੀ ਪੜ੍ਹਨ ਵਾਲਾ, ਵਿਚਾਰਨ ਵਾਲਾ, ਦੂਜੇ ਸਾਨੂੰ ਜਿਹੜੇ ਕੰਮ ਆ ਉਹ ਥੋੜ੍ਹੇ ਜਿਹੇ ਸੌਖੇ ਲੱਗਦੇ, ਤਾਂ ਹੀ ਸਾਡਾ ਸਮਾਜ ਉੱਧਰ ਭੱਜਾ ਫਿਰਦਾ। ਤੋ ਇਸ ਕਰਕੇ ਸਾਧ ਸੰਗਤ ਜੀ, ਪਾਤਸ਼ਾਹ ਜੀ ਨੇ ਜਿਹੜਾ ਬਚਨ ਕੀਤਾ ਹੈ ਕਿ ਹੇ ਭਾਈ ਵੇਖ, ਜੇ ਉਹ ਰਾਜੇ ਦੀ ਮਾੜੀ ਜੀ ਅੱਖ ਲੱਗੀ ਤਾਂ ਉਹਨੂੰ ਸੁਪਨਾ ਆਇਆ ਕਿ ਮੈਂ ਤਾਂ ਭਿਖਾਰੀ ਬਣ ਗਿਆ, ਪਰ ਵਾਸਤਵ 'ਚ ਉਹ ਭਿਖਾਰੀ ਨਹੀਂ ਸੀ, ਉਹ ਤਾਂ ਰਾਜਾ ਸੀ। ਇੱਦਾਂ ਹੀ ਜਿਹੜਾ ਇਨਸਾਨ ਆ ਹੈਗਾ ਤਾਂ ਰਾਮ ਦੀ ਅੰਸ ਵਾ, ਪਰ ਗਫਲਤ ਦੀ ਨੀਂਦ ਵਿੱਚ ਕਿਤੇ ਅੱਖ ਲੱਗ ਗਈ ਇਹਦੀ, ਗਫਲਤ ਦੀ ਨੀਂਦ ਜੋ ਸੀ, ਅਗਿਆਨਤਾ ਦੀ ਨੀਂਦ ਵਿੱਚ ਇਹ ਸੌਂ ਗਿਆ, ਅੱਖ ਲੱਗ ਗਈ ਅਤੇ ਇਹਨੂੰ ਆਪਣੇ ਆਪ ਇੰਝ ਲੱਗਾ ਮੈਂ ਤਾਂ ਭਿਖਾਰੀ, ਤਾਂ ਹੀ ਤਾਂ ਠੂਠਾ ਫੜ ਕੇ ਤੁਰਿਆ ਫਿਰਦਾ, ਕਦੀ ਕਿਸੇ ਕੋਲ ਮੰਗਦਾ ਫਿਰਦਾ, ਕਦੀ ਕਿਸੇ ਕੋਲ ਮੰਗਦਾ ਫਿਰਦਾ। ਅਸਤ ਰਾਜ ਬਿਸ਼ਰਤ ਦੁੱਖ ਪਾਇਆ ਸੋਗਤ ਭਈ, ਦੂਜਾ ਬਚਨ ਭਗਤ ਜੀ ਨੇ ਬੜਾ ਕਮਾਲ ਦਾ ਕੀਤਾ, ਕਹਿੰਦੇ ਰਾਜ ਭਯੰਗ ਪ੍ਰਸੰਗ ਜੈਸੇ ਹੈ ਅਵਕਾਸ਼ ਮਰਮ ਜਨਾਇਆ। ਵੇਖੋ ਕਿੱਡੀ ਪਿਆਰੀ ਦਲੀਲ ਦਿੱਤੀ ਹੈ ਭਗਤ ਜੀ। ਕਹਿੰਦੇ ਘਰ 'ਚ ਰੌਲਾ ਪੈ ਗਿਆ, ਸੱਪ ਆ ਗਿਆ, ਸੱਪ ਆ ਗਿਆ, ਸਾਰਾ ਟੱਬਰ ਮੰਜਿਆਂ 'ਤੇ ਜਾ ਚੜਿਆ। ਬਾਹਰੋਂ ਬਜ਼ੁਰਗ ਆਇਆ, ਉਹ ਕਹਿੰਦਾ ਜਵਾਕੂ ਕੀ ਹੋਇਆ, ਨਿਆਣਿਓ ਕੀ ਹੋਇਆ? ਕਹਿੰਦੇ ਜੀ ਪਾਪਾ ਜੀ ਘਰ 'ਚ ਸੱਪ ਆ ਗਿਆ। ਕਹਿੰਦੇ ਕਮਲਿਓ ਲਾਈਟ 'ਤੇ ਜਗਾਓ, ਵੇਖੋ ਤੁਸੀਂ ਕਿੱਡਾ ਕੁ ਵੱਡਾ, ਪਤਾ ਤਾਂ ਲੱਗੇ ਸੱਪ ਦਾ। ਜਦੋਂ ਦੀਵਾ ਜਗਾਇਆ ਤਾਂ ਸਾਰੇ ਮੰਜਿਆਂ ਤੋਂ ਥੱਲੇ ਉੱਤਰ ਆਏ, ਕਿਉਂਕਿ ਉਹ ਕਿਤੇ ਰੱਸੀ ਦਾ ਟੁਕੜਾ ਜਿਹਾ ਪਿਆ ਸੀ, ਕਿਸੇ ਦਾ ਇੱਕ ਦਾ ਪੈਰ ਲੱਗਾ, ਉਹਨੇ ਰੌਲਾ ਪਾ ਤਾ, ਸਾਰਾ ਟੱਬਰ ਨੇ ਇਹ ਨਹੀਂ ਵੇਖਿਆ। ਉਹ ਰੱਸੀ ਕਿਤੇ ਕਈ ਵਾਰੀ ਵੇਖਿਆ ਹਨੇਰੇ 'ਚ ਰੱਸੀ ਪੈਰ ਨਾਲ ਲੱਗ ਜਾਏ ਨਾ, ਤਾਂ ਡਰਾਕਲ ਬੰਦਾ ਤਾਂ ਸਾਰੇ ਟੱਬਰ ਦੀਆਂ ਚੀਕਾਂ ਕਢਾਉਂਦਾ। ਡਰਾਕਲ ਬੰਦਾ ਤਕੜਾ ਬੰਦਾ ਤਾਂ ਜਿਹੜਾ ਹਿੰਮਤ ਵਾਲਾ ਹੁੰਦਾ ਨਾ, ਉਹ ਜਦੋਂ ਪੈਰ ਨਾਲ ਰੱਸੀ ਲੱਗੀ ਉਹਦੇ ਕਿਤੇ, ਉਹਨੇ ਹਿੰਮਤ ਜੀ ਕਰਕੇ ਰੱਸੀ ਨੂੰ ਫੜਿਆ ਵੀ ਨਹੀਂ। ਅਤੇ ਕਈ ਵੀ ਡਰਾਕਲ ਜੇ ਹੁੰਦੇ ਨਾ, ਕਈ ਡਰਾਕਲ ਜੇ ਬੰਦੇ ਕਿਤੇ ਰੱਸੀ ਪੈਰ ਨਾਲ ਲੱਗ ਗਈ, ਉਹਨੇ ਚੀਕਾਂ ਮਾਰਿਆ, ਉਹ ਸੱਪ ਆ ਗਿਆ, ਸੱਪ ਆ ਗਿਆ। ਦੂਜਿਆਂ ਨੇ ਉਹਤੇ ਯਕੀਨ ਕਰ ਲਿਆ ਵੀ ਸੱਪ ਸੱਚੀ ਹੋਣਾ, ਉਹ ਵੀ ਮੰਜਿਆਂ ਜਾ ਚੜੇ। ਪਰ ਕੋਈ ਸਿਆਣਾ ਬਾਪੂ ਆਇਆ, ਉਹਨੇ ਆਖਿਆ ਕਮਲਿਓ ਜੇ ਆ ਗਿਆ ਤਾਂ ਹੁਣ ਆਪਾਂ ਉਹਦਾ ਹੱਲ ਵੀ ਤਾਂ ਕਰਨਾ, ਵੇਖੋ ਸੀ ਕਿੱਡਾ ਕੁ ਵੱਡਾ, ਦੀਵਾ ਤਾਂ ਜਗਾਓ, ਪਤਾ ਤਾਂ ਲੱਗ ਜਾ। ਦੀਵਾ ਜਗਾਇਆ ਅਤੇ ਸਾਰਾ ਟੱਬਰ ਮੰਜਿਆਂ ਤੋਂ ਥੱਲੇ ਉੱਤਰ ਆਇਆ। ਹੁਣ ਇਹ ਗੱਲ ਗੁਰਬਾਣੀ ਦੀ ਆ, ਲਿਖਿਆ ਰਾਜ ਰੱਸੀ ਭਿਅੰਗ ਸੱਪ, ਰਾਜ ਭਿਅੰਗ ਪ੍ਰਸੰਗ ਜੈਸੇ ਹੈ, ਜਿਵੇਂ ਰੱਸੀ ਅਤੇ ਸੱਪ ਦਾ ਪ੍ਰਸੰਗ ਵਾ। ਹੈਗੀ ਰੱਸੀ ਸੀ, ਪਰ ਹਨੇਰਾ ਕਰਕੇ ਕੀ ਲੱਗਦਾ ਸੀ ਭਲਾ, ਉੱਚੀ ਬੋਲਿਓ। ਹਾਂ ਹੁਣ ਦੱਸਿਓ ਜੀ, ਜਿਹੜਾ ਬੰਦਾ ਕਦੀ ਵੀ ਸਕੂਲ ਨਹੀਂ ਗਿਆ ਉਹਨੂੰ ਵੀ ਸਮਝ ਆ ਗਈ ਨਾ ਇਹ ਗੱਲ,
ਬਾਣੀ ਇੰਨੀ ਸੌਖੀ ਆ, ਇਹਨਾਂ ਮਹਾਂਪੁਰਸ਼ਾਂ ਨੇ, ਇਹਨਾਂ ਕ੍ਰਾਂਤੀਕਾਰੀ ਮਹਾਂਪੁਰਸ਼ਾਂ ਨੇ ਇੰਨੀਆਂ ਸੌਖੀਆਂ ਦਲੀਲਾਂ ਦਿੱਤੀਆਂ ਵੀ ਜਿਹੜਾ ਬੰਦਾ ਕਦੀ ਸਕੂਲ ਵੀ ਨਹੀਂ ਗਿਆ ਉਹਨੂੰ ਵੀ ਆਪਣੀ ਗੱਲ ਸਮਝਾ ਦਿੱਤੀ। ਪਰ ਇੱਕ ਨੈਰੇਟਿਵ ਸਿਰਜਿਆ ਗਿਆ ਗੁਰਬਾਣੀ ਦੇ ਕੋਲ ਬਹਿ ਕੇ ਕਿ ਗੁਰਬਾਣੀ ਸਾਡੀ ਸਮਝ ਤੋਂ ਪਰੇ ਆ, ਕਿਉਂਕਿ ਅਗਲਿਆਂ ਨੂੰ ਪਤਾ ਸੀ ਜੇ ਬਾਣੀ ਹਰ ਜਨ ਸਧਾਰਨ ਬੰਦੇ ਨੇ ਸਮਝ ਲਈ ਫਿਰ ਇਹਨਾਂ ਲੋਕਾਂ ਸਿਆਣੇ ਹੋ ਜਾਣਾ, ਸਾਡੇ ਅੱਗੇ ਆਣ ਕੇ ਮੱਥੇ ਇਹਨਾਂ ਨੇ ਫਿਰ ਨਹੀਂ ਟੇਕਣੇ। ਉਹਨਾਂ ਨੈਰੇਟਿਵ ਸਿਰਜਿਆ ਇੱਕ ਬਹੁਤ ਵੱਡਾ, ਆ ਤੁਹਾਡੇ ਸਾਹਮਣੇ ਆ, ਮੈਂ ਕੋਲੋਂ ਨਹੀਂ ਕਹਿ ਰਿਹਾ। ਬਾਣੀ 'ਚ ਲਿਖਿਆ ਰਾਜ ਰੱਸੀ ਭਿਅੰਗ ਸੱਪ, ਰਾਜ ਭਿਅੰਗ ਪ੍ਰਸੰਗ ਜੈਸੇ ਹੈ, ਅਬਕਸ਼ ਮਰਮ ਜਨਾਇਆ, ਅਨਕ ਕਟਕ ਜੈਸੇ ਭੂਲ ਪਰੇ, ਅਬ ਕਹਿਤੇ ਕਹਿਣ ਨਾ ਆਇਆ। ਜਿਵੇਂ ਉਹ ਸੋਨਾ ਵਾ, ਸੋਨੇ ਦੇ ਕਿੰਨੇ ਡਿਜ਼ਾਇਨ ਹੁੰਦੇ ਜੀ, ਕੜਾ ਹੈ, ਮੁੰਦਰੀ ਹੈ, ਹਾਰ ਹੈ, ਹੁਣ ਜਿਹੜੇ ਡਿਜ਼ਾਇਨ ਵੱਖਰੇ ਵੱਖਰੇ ਨੇ, ਸੋਨਾ ਵੀ ਵੱਖਰਾ ਵੱਖਰਾ, ਸੋਨਾ ਤਾਂ ਇੱਕੋ ਹੀ ਹੈ, ਇੱਕੇ ਸੋਨੇ ਦੇ ਡਿਜ਼ਾਇਨ ਵੱਖਰੇ ਵੱਖਰੇ ਨੇ, ਕਿਸੇ ਨੇ ਕੜਾ ਬਣਾ ਲਿਆ, ਕਿਸੇ ਨੇ ਮੁੰਦਰੀ ਬਣਾ ਲਈ, ਕਿਸੇ ਨੇ ਗਲ ਦਾ ਹਾਰ ਅਤੇ ਚੈਨੀ ਬਣਾ ਲਈ। ਹੁਣ ਇੱਕੇ ਸੋਨੇ ਦੀ ਡਲੀ ਵਿੱਚੋਂ ਅਗਲੇ ਨੇ ਵੱਖ ਵੱਖ ਗਹਿਣੇ ਬਣਾ ਤੇ, ਹੁਣ ਤੁਸੀਂ ਗਹਿਣੇ ਘਰ 'ਚ ਲਈ ਫਿਰੋ, ਤੁਸੀਂ ਆਪਣੇ ਘਰ 'ਚ ਗਹਿਣੇ ਲਈ ਫਿਰੋ, ਤਾਂ ਤੁਸੀਂ ਹੁਣ ਇਹ ਕਹੀ ਜਾਓ, ਹਾਂ ਗਹਿਣੇ ਵੱਖਰੇ ਵੱਖਰੇ ਆ, ਡਿਜ਼ਾਇਨ ਵੱਖਰੇ ਵੱਖਰੇ ਆ, ਪਰ ਸੋਨਾ, ਬੋਲੋ ਸਾਰੇ,